ਲੜਿਆੜਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਜੀ। ਪਿਆਰ ਭਰੀ ਤੇ ਨਿੱਘੀ ਸਤਿ ਸ੍ਰੀ ਅਕਾਲ, ਮੈਂ ਹਾਂ ਹਰਮਨਪ੍ਰੀਤ ਕੌਰ। ਹਰ ਰੋਜ਼ ਦੀ ਤਰ੍ਹਾਂ ਖਬਰਾਂ ਲੈ ਕੇ ਹਾਜ਼ਰ ਹਾਂ ਤੇ ਗੱਲਬਾਤ ਕਰਾਂਗੇ ਹਰ ਰੋਜ਼ ਦੀ ਤਰ੍ਹਾਂ ਹੀ ਸੀਨੀਅਰ ਪੱਤਰਕਾਰ ਸਵਰਨ ਸਿੰਘ ਟੈਣਾ ਜੀ ਦੇ ਨਾਲ। ਟੈਣਾ ਸਰ, ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ 'ਚ। ਬੜੀ ਮਿਹਰਬਾਨੀ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ੍ਰੀ ਅਕਾਲ ਜੀ। ਸਰ, ਸਭ ਤੋਂ ਪਹਿਲਾਂ ਤਾਂ ਇਸ ਵੇਲੇ ਦੀ ਬਹੁਤ ਵੱਡੀ ਖਬਰ ਸਾਹਮਣੇ ਆ ਰਹੀ ਹੈ ਜੀ, ਕਹਿੰਦੇ ਸੁਖਬੀਰ ਬਾਦਲ ਹੋਰਾਂ ਦੇ ਵੱਲੋਂ ਭਗਵੰਤ ਮਾਨ ਹੋਰਾਂ ਦੇ ਖਿਲਾਫ ਮਾਣਹਾਨੀ ਦਾ ਕੇਸ ਕਰ ਦਿੱਤਾ ਗਿਆ ਜੀ। ਬਿਲਕੁਲ ਜੀ ਬਿਲਕੁਲ, ਇਹ ਬਹੁਤ ਵੱਡੀ ਖਬਰ ਹੈ ਕਿਉਂਕਿ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਲੰਘੇ ਕੱਲ ਭਗਵੰਤ ਮਾਨ ਹੋਰਾਂ ਦੇ ਉੱਤੇ 1 ਕਰੋੜ ਰੁਪਏ ਦਾ ਮਾਣਹਾਨੀ ਦਾ ਕੇਸ ਦਰਜ ਕਰਵਾਇਆ ਗਿਆ। ਉਹਨਾਂ ਨੇ ਇਹ ਕਹਿੰਦੇ ਵੀ ਇਸ ਕਰਕੇ ਕਰਵਾਇਆ ਵੀ ਉਹਨਾਂ ਨੂੰ ਇਸ ਗੱਲ ਦਾ ਦੁੱਖ ਆ ਵੀ ਉਹਨਾਂ ਦੀ ਤੇ ਉਹਨਾਂ ਦੇ ਪਿਤਾ ਤੇ ਪੂਰੇ ਬਾਦਲ ਪਰਿਵਾਰ ਦੀ ਇੱਜ਼ਤ ਦੇ ਉੱਤੇ ਨੁਕਸਾਨ ਪਹੁੰਚਾਇਆ ਹੈਗਾ ਭਗਵੰਤ ਮਾਨ ਨੇ। ਤੁਹਾਨੂੰ ਚੇਤੇ ਹੋਣਾ ਵੀ ਜਦੋਂ ਲੁਧਿਆਣੇ ਦੇ ਵਿੱਚ ਕੁਝ ਕੁ ਮਹੀਨੇ ਪਹਿਲਾਂ ਤੇ ਓਪਨ ਡਿਬੇਟ ਹੋਈ ਸੀ ਜਿਹਦੇ ਵਿੱਚ ਕਿਸੇ ਵੀ ਸਿਆਸੀ ਪਾਰਟੀ ਦਾ ਕੋਈ ਆਗੂ ਪਹੁੰਚਿਆ ਨਹੀਂ ਸੀਗਾ, ਤੇ ਉਸ ਵੇਲੇ ਆਪਾਂ ਜਾਣਦੇ ਹਾਂ ਕਿ ਕਿਸ ਤਰੀਕੇ ਦੌਰਾਨ ਜਦੋਂ ਉੱਥੇ ਗਏ ਭਗਵੰਤ ਮਾਨ ਹੋਰੀ ਤੇ ਉਹਨਾਂ ਨੇ ਇਹ ਗੱਲ ਕਹੀ ਸੀ ਜੀ ਕਿ ਬਾਦਲ ਪਰਿਵਾਰ ਨੇ ਬਾਲਾਸਰ ਵਾਲਾ ਜਿਹੜਾ ਫਾਰਮ ਆ ਇੱਥੇ ਸਿੰਚਾਈ ਦੇ ਲਈ ਪ੍ਰਾਈਵੇਟ ਤੌਰ ਦੇ ਉੱਤੇ ਨਹਿਰ ਪਟਵਾਈ ਸੀ। ਉਦੋਂ ਸੁਖਬੀਰ ਸਿੰਘ ਬਾਦਲ ਨੇ ਇਹ ਗੱਲ ਕਹੀ ਸੀ ਵੀ ਭਗਵੰਤ ਮਾਨ ਤਾਂ ਸਿਰਫ ਤਾੜੀਆਂ ਦੀ ਖਾਤਰ ਇਸੇ ਬਾਰੇ ਕੁਝ ਵੀ ਕਹਿ ਦਿੰਦਾ ਤੇ ਇਹਦੀ ਗੱਲ ਦੇ ਵਿੱਚ ਕੋਈ ਕੱਢਣ ਪਾਉਣ ਨੂੰ ਚੀਜ਼ ਨਹੀਂ ਹੁੰਦੀ। ਫਿਰ ਉਸ ਤੋਂ ਬਾਅਦ ਉਹਨਾਂ ਨੇ ਇਹ ਗੱਲ ਕਹੀ ਸੀ ਨੋਟਿਸ ਭੇਜ ਕੇ ਵੀ ਜੇਕਰ ਭਗਵੰਤ ਮਾਨ 5 ਦਿਨ ਦੇ ਵਿੱਚ ਮਾਫ਼ੀ ਮੰਗ ਲੈਂਦੇ ਆ ਤਾਂ ਠੀਕ ਆ, ਤੇ ਜੇਕਰ ਇਹ ਮਾਫ਼ੀ ਨਹੀਂ ਮੰਗਣਗੇ ਤੇ ਫਿਰ ਭਾਈ ਅਸੀਂ ਇਹਨਾਂ ਦੇ ਉੱਤੇ ਕਾਨੂੰਨੀ ਕਾਰਵਾਈ ਕਰਾਂਗੇ। ਉਹਨਾਂ ਨੇ ਕਿਹਾ ਸੀ ਵੀ ਜਾਂ ਤਾਂ ਤੁਸੀਂ ਇਹਦੇ ਬਾਰੇ ਸਬੂਤ ਪੇਸ਼ ਕਰੋ ਜੋ ਨਹਿਰ ਦੇ ਬਾਰੇ ਗੱਲ ਕਹੀ ਹੈ, ਤੇ ਜਾਂ ਫਿਰ ਮਾਫ਼ੀ ਮੰਗ ਲਓ। ਪਰ ਭਗਵੰਤ ਮਾਨ ਹੋਰਾਂ ਨੇ ਨਾ ਮਾਫ਼ੀ ਮੰਗੀ ਤੇ ਨਾ ਕੋਈ ਸਬੂਤ ਪੇਸ਼ ਕੀਤਾ, ਤੇ ਜਿਹਦੇ ਕਰਕੇ ਹੁਣ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਵੱਲੋਂ ਮੁਕਤਸਰ ਸਾਹਿਬ ਦੀ ਅਦਾਲਤ ਦੇ ਵਿੱਚ ਜਾ ਕੇ ਤੇ 1 ਕਰੋੜ ਰੁਪਏ ਦਾ ਮਾਣਹਾਨੀ ਦਾ ਕੇਸ ਆ ਜਿਹੜਾ ਉਹ ਭਗਵੰਤ ਮਾਨ ਦੇ ਉੱਤੇ ਕਰ ਦਿੱਤਾ। ਤੇ ਉਸ ਤੋਂ ਅਗਲੀ ਗੱਲ ਮਹੱਤਵਪੂਰਨ ਇਹ ਆ ਵੀ ਭਗਵੰਤ ਮਾਨ ਹੋਰਾਂ ਨੇ ਇਹ ਗੱਲ ਕਹੀ ਹੈ ਜਦੋਂ ਉਹਨਾਂ ਨੂੰ ਇਹ ਪਤਾ ਲੱਗਾ ਵੀ ਭਾਈ ਮੇਰੇ ਉੱਤੇ ਮਾਣਹਾਨੀ ਦਾ ਕੇਸ ਹੋ ਗਿਆ। ਉਹਨਾਂ ਨੇ ਕਿਹਾ ਜੀ ਕਿ ਨਾ ਤਾਂ ਮੈਂ ਆਪਦੀਆਂ ਬੱਸਾਂ ਚਲਾਉਣੀਆਂ ਤੇ ਨਾ ਹੀ ਮੈਂ ਕੋਈ ਆਪਦੇ ਹੋਟਲ ਬਣਾਉਣੇ ਆ, ਮੈਨੂੰ ਤਾਂ ਇਸ ਗੱਲ ਦੀ ਸੰਤੁਸ਼ਟੀ ਆ ਵੀ ਚਲੋ ਇਹਨੂੰ ਮੈਂ ਚੁਣੌਤੀ ਨਹੀਂ ਇਹਨੂੰ ਇੱਕ ਮੌਕੇ ਦੇ ਰੂਪ ਦੇ ਵਿੱਚ ਲੈਂਦਾ, ਇਹ ਮੇਰੇ ਕੋਲ ਇੱਕ ਬਹੁਤ ਵਧੀਆ ਮੌਕਾ ਆਇਆ, ਮੈਨੂੰ ਤਾਂ ਇਸ ਗੱਲ ਦੀ ਤਸੱਲੀ ਹੋਊਗੀ ਵੀ ਜੇਕਰ ਹਰ ਹਫ਼ਤੇ ਇਹਦੀ ਤਰੀਕ ਪਿਆ ਕਰੇ ਤੇ ਮੈਂ ਹਰ ਹਫ਼ਤੇ ਹੀ ਬਾਦਲ ਪਰਿਵਾਰ ਦੇ ਬਾਰੇ ਸਬੂਤਾਂ ਦੇ ਸਮੇਤ ਜਾਣਕਾਰੀਆਂ ਲੈ ਕੇ ਜਾਇਆ ਕਰਾਂ ਤੇ ਮੈਂ ਉੱਥੇ ਇਹਨਾਂ ਦੀ ਇਕੱਲੀ ਇਕੱਲੀ ਗੱਲ ਦੇ ਬਾਰੇ ਜ਼ਿਕਰ ਕਰਕੇ ਆਇਆ ਕਰਾਂ ਵੀ ਆਹ ਦੇਖੋ ਜੀ ਇਹਨਾਂ ਨੇ ਹੋਟਲ ਕਿਵੇਂ ਬਣਾਏ ਆ, ਇਹਨਾਂ ਨੇ ਅਮਰੀਕਾ ਦੇ ਵਿੱਚ ਪਾਰਕਿੰਗਾਂ ਕਿਵੇਂ ਬਣਾਈਆਂ, ਇਹਨਾਂ ਨੇ ਆਹ ਕੁਝ ਕਿਵੇਂ ਕੀਤਾ, ਇਹਨਾਂ ਨੇ ਉਹ ਕੁਝ ਕਿਵੇਂ ਕੀਤਾ, ਮੈਂ ਇਕੱਲੀ ਇਕੱਲੀ ਗੱਲ ਦੇ ਵੇਰਵੇ ਪੇਸ਼ ਕਰੂੰਗਾ। ਸੋ ਦੇਖਦੇ ਹਾਂ ਭਾਈ ਹੁਣ ਕੀ ਬਣਦਾ। ਪਰ 19 ਤਰੀਕ ਯਾਨੀ ਕਿ 19 ਫਰਵਰੀ ਨੂੰ ਤਰੀਕ ਹੁਣ ਪਈ ਆ ਤੇ 19 ਤਰੀਕ ਨੂੰ ਜਾਣਾ ਹੈਗਾ ਹੁਣ ਭਗਵੰਤ ਮਾਨ ਹੋਰਾਂ ਨੇ, ਉਹ 19 ਤਰੀਕ ਨੂੰ ਅਦਾਲਤ ਦੇ ਵਿੱਚ ਖੁਦ ਪੇਸ਼ ਹੁੰਦੇ ਆ ਜਾਂ ਆਪਣੇ ਵਕੀਲਾਂ ਦੇ ਰਾਹੀਂ ਪੇਸ਼ ਹੁੰਦੇ ਆ ਜਾਂ ਉਹਨਾਂ ਦੇ ਵਕੀਲ ਹੀ ਹਾਜ਼ਰੀ ਲਵਾਉਣਗੇ, ਇਹ ਵਕਤ ਦੱਸੂਗਾ। ਪਰ ਗੱਲ ਇਹ ਆ ਵੀ ਮੁੱਖ ਮੰਤਰੀ ਦੇ ਉੱਤੇ ਮਾਣਹਾਨੀ ਦਾ ਪਰਚਾ ਜਿਹੜਾ ਮੇਰਾ ਖਿਆਲ ਇਹ ਪਹਿਲੀ ਵਾਰ ਦਰਜ ਹੋਇਆ ਜਦੋਂ ਤੂੰ ਭਗਵੰਤ ਮਾਨ ਹੋਰੀ ਮੁੱਖ ਮੰਤਰੀ ਬਣੇ ਆ ਤੇ ਉਹਨਾਂ ਦੇ ਉੱਤੇ ਇਹ ਕਾਰਵਾਈ ਦੀ ਗੱਲ ਪਹਿਲੀ ਵਾਰ ਆਈ ਹੈ। ਤੇ ਆਪਾਂ ਅੱਗੇ ਵੀ ਗੱਲ ਕਰਦੇ ਹੁੰਦੇ ਹਰਮਨ ਜੀ ਕਿ ਸਾਡੇ ਪੰਜਾਬ ਦੇ ਰਾਜਨੀਤਿਕ ਲੋਕਾਂ ਨੂੰ ਕਿਸੇ ਵੀ ਬੰਦੇ ਦੇ ਉੱਤੇ ਭਾਵੇਂ ਸੁਖਬੀਰ ਬਾਦਲ ਹੋਣ, ਭਾਵੇਂ ਇਹ ਭਗਵੰਤ ਮਾਨ ਆ, ਭਾਵੇਂ ਮਜੀਠੀਆ ਤੇ ਭਾਵੇਂ ਇਹ ਖਹਿਰਾ ਤੇ ਭਾਵੇਂ ਕੈਪਟਨ ਅਤੇ ਭਾਵੇਂ ਜਾਖੜਾ ਤੇ ਭਾਵੇਂ ਕੋਈ ਹੋਰ ਹੈਗਾ, ਉਹਨਾਂ ਨੂੰ 19 ਦੇਰ ਤੱਕ ਕਿਸੇ ਦੇ ਉੱਤੇ ਕੁਛ ਵੀ ਨਹੀਂ ਬੋਲਣਾ ਚਾਹੀਦਾ ਜਿੰਨੀ ਦੇਰ ਤੱਕ ਉਹਨਾਂ ਦੇ ਕੋਲ ਸਬੂਤ ਹੈ ਨਹੀਂ। ਸਬੂਤ ਹੋਣ ਫਿਰ ਆਪਾਂ ਗੱਲ ਕਰ ਸਕਦੇ ਹਾਂ ਵੀ ਚਲੋ ਤੱਥਾਂ ਦੇ ਸਮੇਤ ਕਿ ਇਹਦੇ ਬਾਰੇ ਭਾਈ ਮੇਰੇ ਕੋਲ ਪੂਰੀ ਜਾਣਕਾਰੀ ਹੈਗੀ ਆ ਤਾਂ ਮੈਂ ਇਸ ਕਰਕੇ ਬੋਲ ਰਿਹਾ। ਪਰ ਸਾਡੇ ਨੇਤਾਵਾਂ ਨੂੰ ਇਹ ਹੁੰਦਾ ਵੀ ਜਿਹੜੇ ਮੂਹਰੇ ਬੈਠੇ ਲੋਕ ਆ ਉਹਨਾਂ ਦੀਆਂ ਤਾੜੀਆਂ ਦੀ ਖਾਤਰ ਤੇ ਬਹੁਤੀ ਵਾਰ ਅਸੀਂ ਉਹ ਗੱਲਾਂ ਕਹਿ ਦਿੰਦੇ ਹਾਂ ਜਿਹੜੀਆਂ ਗੱਲਾਂ ਦਾ ਕੋਈ ਮੂੰਹ ਸਿਰ ਨਹੀਂ ਬਣਦਾ ਗਾ। ਸੋ ਜੇ ਤਾਂ ਭਾਈ ਸਬੂਤ ਹੁੰਦਾ ਤੇ ਫਿਰ ਤਾਂ ਭਾਵੇਂ ਇੱਕ ਦੂਜੇ ਦੇ ਉੱਤੇ ਲੱਗੇ ਰਹੋ, ਪਰ ਜੇਕਰ ਨਹੀਂ ਸਬੂਤ ਹੁੰਦਾ ਤੇ ਫਿਰ ਇੱਦਾਂ ਦੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਜੀ। ਬਿਲਕੁਲ, ਤੁਹਾਡੀ ਗੱਲ ਵਾਜਬ ਹੈ ਜੀ। ਟੈਣਾ ਸਾਹਿਬ, ਪੰਜਾਬ ਦੀ ਤਾਂ ਸਿਆਸਤ ਹੀ ਹੋਰ ਹੋਈ ਪਈ ਹੈ। ਨਿੱਜੀ ਵਾਰ ਇੱਕ ਦੂਜੇ ਤੇ ਕਰੀ ਜਾਂਦੇ ਨੇ, ਕੋਈ ਕੁਛ ਕਹੀ ਜਾਂਦਾ, ਕੋਈ ਕੁਛ ਕਹੀ ਜਾਂਦਾ, ਪੂਰੀ ਤਰ੍ਹਾਂ ਦੇ ਨਾਲ ਸਿਆਸਤ ਦਾ ਮੁਹਾਂਦਰਾ ਹੀ ਬਦਲ ਕੇ ਰੱਖ ਦਿੱਤਾ ਹੈ ਜੀ ਪੰਜਾਬ ਦੀ ਸਿਆਸਤ ਦਾ। ਬਿਲਕੁਲ ਜੀ ਬਿਲਕੁਲ, ਇਹ ਗੱਲ ਸੱਚੀ ਆ ਕਿ ਪੰਜਾਬ ਦੀ ਸਿਆਸਤ ਦੇ ਵਿੱਚ ਨਾ ਹੁਣ ਕਲੇਸ਼ ਜਿਹਾ ਹੀ ਰਹਿ ਗਿਆ। ਇੱਕ ਜਣਾ ਦੂਜੇ ਬਾਰੇ, ਦੂਜਾ ਜਣਾ ਤੀਜੇ ਬਾਰੇ, ਤੀਜੇ ਬਾਰੇ ਚੌਥੇ ਬਾਰੇ, ਕੁਛ ਨਾ ਕੁਛ ਇੱਦਾਂ ਦਾ ਕਹਿੰਦਾ ਰਹਿੰਦਾ ਜਿਹਦੇ ਕਰਕੇ ਰੌਲਾ ਹੀ ਰਹਿੰਦਾ। ਕਦੇ ਮੈਂ ਵੇਖਿਆ ਹੀ ਨਹੀਂ ਵੀ ਮਸਲੇ ਦਾ ਹੱਲ ਹੋਵੇ, ਹਮੇਸ਼ਾ ਹੀ ਕੋਈ ਨਾ ਕੋਈ ਮਸਲਾ, ਹਮੇਸ਼ਾ ਹੀ ਕੋਈ ਨਾ ਕੋਈ ਮਸਲਾ, ਹਮੇਸ਼ਾ ਹੀ ਕੋਈ ਨਾ ਕੋਈ ਮਸਲਾ। ਸੋ ਇੱਕ ਦੂਜੇ ਦੇ ਉੱਤੇ ਬਸ ਚੁਟਕਲੇ ਜੇ ਸੁਣਾਈ ਚੱਲੋ, ਗੱਲਾਂ ਜਿਹੀਆਂ ਕਰੀ ਚੱਲੋ, ਚਿੱਤ ਜਿਹਾ ਲਾਈ ਚੱਲੋ ਲੋਕਾਂ ਦਾ ਵੀ ਭਾਈ ਮੈਂ ਇਹਨੂੰ ਐਂ ਕਹਿਤਾ, ਉਹਨੇ ਇਹਨੂੰ ਐਂ ਕਹਿਤਾ, ਬਸ ਆਹ ਗੱਲ ਆ। ਪਰ ਇਸ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਹੈ ਜੀ।
ਜੀ ਬਿਲਕੁਲ। ਤਾਂ ਸਾਹਿਬ ਪੰਜਾਬ ਦੇ ਇੱਕ ਮੰਤਰੀ ਸਾਹਿਬ ਕਿਸੇ ਕਬਜ਼ਾ ਛਡਾਉਣ ਗਏ ਸੀ ਤੇ ਲੋਕਾਂ ਨੇ ਉਹਨਾਂ ਨੂੰ ਉਲਟਾ ਘੇਰਾ ਪਾ ਲਿਆ ਜੀ, ਕੌਣ ਨੇ ਇਹ? हाँ देखो जी, ये लालजीत सिंह भुल्लर ने पंजाब दे कैबिनेट मंत्री जेड़े के इस वेले पंचायती महकमे दे मंत्री भी है, जिन्हां कोले ट्रांसपोर्ट महकमा भी है, ये गए सी जी लंघे कल हरनामपुर पिंड दे वल जेड़ा के रोपड़ दे विच पैंदा। ये उत्थे जदों गए ते इन्हां ने 19 एकड़ जमीन दा कब्जा छुड़वाउणा सी। ये नाल पूरा ताम झाम लैके गए सीगे, नाल पुलिस लैके गए, नाल अधिकारी लैके गए, लेडीज पुलिस भी नाल सी। ते इन्हां ने उत्थे जाके आप ट्रैक्टर चलाउणा शुरू करता, आप ट्रैक्टर चलाउंदे सी ਤੇ ਇਹਨਾਂ ਦੇ ਵੱਲੋਂ ਉੱਥੇ ਜਾ ਕੇ ਤੇ ਕਣਕ ਦੇ ਵਿੱਚ ਬੀਜੀ ਹੋਈ ਕਣਕ ਦੇ ਵਿੱਚ ਟਰੈਕਟਰ ਚਲਾਉਣਾ ਸ਼ੁਰੂ ਕਰ ਦਿੱਤਾ ਗਿਆ, ਖੇਤ ਵਾਹੁਣਾ ਸ਼ੁਰੂ ਕਰ ਦਿੱਤਾ ਗਿਆ ਵੀ ਭਾਈ ਅਸੀਂ ਕਬਜ਼ਾ ਲੈਣ ਆਏ ਆ, ਅਸੀਂ ਜ਼ਮੀਨ ਛਡਵਾਉਣ ਆਏ ਆ। ਤੇ ਲਓ ਜੀ, ਉਸ ਤੋਂ ਬਾਅਦ ਇੱਕ ਔਰਤ ਆਈ ਤੇ ਉਹ ਟਰੈਕਟਰ ਦੇ ਮੂਹਰੇ ਆ ਕੇ ਖੜ ਗਈ। ਉਹ ਕਹਿੰਦੀ ਵੀ ਮੇਰੇ ਉੱਤੇ ਟਰੈਕਟਰ ਚਾੜ ਦਿਓ, ਮੈਂ ਤੁਹਾਡੇ ਟਰੈਕਟਰ ਦੇ ਥੱਲੇ ਆ ਕੇ ਮਰ ਜੂੰਗੀ, ਪਰ ਮੈਂ ਇਹ ਜ਼ਮੀਨ ਇਹ ਵਾਹੁਣ ਨਹੀਂ ਦੇਣੀ, ਮੈਂ ਇਹ ਫਸਲ ਬਰਬਾਦ ਨਹੀਂ ਕਰਨ ਦੇਣੀ। ਉਹ ਬਾਅਦ ਦੇ ਵਿੱਚ ਪਤਾ ਲੱਗਾ ਵੀ ਭਾਈ ਇਹ ਔਰਤ ਪਿਛਲੇ ਲੰਮੇ ਸਮੇਂ ਤੋਂ ਇੱਥੇ ਖੇਤੀ ਕਰਦੀ ਹੈ, ਇਹ ਪਿਛਲੇ ਲੰਮੇ ਸਮੇਂ ਤੋਂ ਫਸਲ ਇੱਥੇ ਬੀਜਦੀ ਆ। ਸੋ ਉਸ ਔਰਤ ਨੇ ਕਿਹਾ ਜੀ ਕਿ ਮੈਂ ਵਿਧਵਾ ਤੇ ਮੇਰੇ ਦੋ ਬੱਚੇ ਆ ਤੇ ਮੇਰਾ ਕਸੂਰ ਕੀ ਆ, ਤੇ ਮੈਂ ਇੱਥੇ ਬਰਬਾਦ ਹੋ ਜਾਊਂਗੀ ਤੇ ਮੈਂ ਬੱਚਿਆਂ ਨੂੰ ਖਵਾਉਂਗੀ ਕੀ? ਉਹ ਰੋਂਦੀ ਵੀ ਰਹੀ, ਉਹ ਬੱਚਿਆਂ ਦਾ ਵਾਸਤਾ ਵੀ ਪਾਉਂਦੀ ਰਹੀ ਤੇ ਉਹ ਮਰਨ ਨੂੰ ਤਿਆਰ ਸਾਂ ਇਹ ਵੀ ਗੱਲ ਕਹਿੰਦੀ ਰਹੀ। ਫਿਰ ਪੂਰਾ ਪਿੰਡ ਉੱਥੇ ਇਕੱਠਾ ਹੋ ਗਿਆ ਤੇ ਪਿੰਡ ਦੇ ਲੋਕਾਂ ਨੇ ਇਕੱਠੇ ਹੋ ਕੇ ਤੇ ਮੰਤਰੀ ਸਾਹਿਬ ਨੂੰ ਸਵਾਲ ਕਰਨੇ ਸ਼ੁਰੂ ਕਰਤੇ। ਸੋ ਉੱਥੇ ਕਾਫੀ ਮਾਹੌਲ ਹੰਗਾਮੇ ਵਾਲਾ ਬਣ ਗਿਆ ਤੇ ਮੰਤਰੀ ਸਾਹਿਬ ਦੇ ਟਰੈਕਟਰ ਨੂੰ ਘੇਰਾ ਪੈ ਗਿਆ। ਸੋ ਲੋਕਾਂ ਨੇ ਉਹਨਾਂ ਨੂੰ ਬਹੁਤ ਤਿੱਖੇ ਸਵਾਲ ਕੀਤੇ ਤੇ ਵਿਰੋਧ ਕੀਤਾ ਇਸ ਗੱਲ ਦਾ ਵੀ ਤੁਸੀਂ ਇੱਥੇ ਕਿਉਂ ਇਹ ਕਰਨ ਖੁਸ਼ਾਏ ਆ। ਸੋ ਲੋਕਾਂ ਨੇ ਵੀ ਇਹ ਗੱਲ ਕਹੀ ਹੈ ਤੇ ਉਸ ਔਰਤ ਨੇ ਵੀ ਇਹ ਗੱਲ ਕਹੀ ਹੈ ਵੀ ਦੇਖੋ ਸਾਨੂੰ ਕੋਈ ਸੂਚਨਾ ਦਿੱਤੀ ਹੀ ਨਹੀਂ ਗਈ ਵੀ ਭਾਈ ਇਹ ਜ਼ਮੀਨ ਦੇ ਉੱਤੇ ਅਸੀਂ ਕਬਜ਼ਾ ਲੈਣ ਆਉਣਾ ਜਾਂ ਅਸੀਂ ਛੜਵਾਉਣ ਆਉਣੀ ਹੈ। ਔਰਤ ਨੇ ਕਿਹਾ ਜੀ ਕਿ ਲੰਮੇ ਸਮੇਂ ਤੋਂ ਅਸੀਂ ਇੱਥੇ ਖੇਤੀਬਾੜੀ ਕਰਦੇ ਹਾਂ, ਜੇਕਰ ਕੋਈ ਠੇਕਾ ਬਣਦਾ, ਜੇਕਰ ਕੋਈ ਇਹਦਾ ਜੁਰਮਾਨਾ ਬਣਦਾ, ਜੇਕਰ ਕੋਈ ਇਹਦਾ ਕਿਰਾਇਆ ਬਣਦਾ ਤੇ ਉਹ ਅਸੀਂ ਦੇਣ ਨੂੰ ਤਿਆਰ ਹੈਗੇ ਹਾਂ। ਸੋ ਜਦੋਂ ਬਹੁਤ ਜ਼ਿਆਦਾ ਵਿਰੋਧਤਾ ਹੋ ਗਈ ਤੇ ਫਿਰ ਉਸ ਤੋਂ ਬਾਅਦ ਮੰਤਰੀ ਸਾਹਿਬ ਆ ਜਿਹੜੇ ਉਹ ਪੂਰੇ ਆਪਦੇ ਲਾਮ ਲਸ਼ਕਰ ਦੇ ਸਮੇਤ ਵਾਪਸ ਚਲੇ ਗਏ ਆ ਤੇ ਉਹ ਕੱਲ ਇੱਥੇ ਕਬਜ਼ਾ ਛੁਡਵਾ ਨਹੀਂ ਸਕੇ। ਹੁਣ ਮੰਤਰੀ ਨੇ ਇਹ ਗੱਲ ਕਹੀ ਆ ਕਿ ਦੇਖੋ ਜੀ, ਅਸੀਂ ਇੱਥੇ ਪਹਿਲਾਂ ਵੀ ਜਾਣਕਾਰੀਆਂ ਭੇਜੀਆਂ ਸੀ ਵੀ ਭਾਈ ਇਹਦੀ ਨਿਸ਼ਾਨਦੇਹੀ ਵੀ ਕੀਤੀ ਗਈ ਸੀ ਜ਼ਮੀਨ ਦੀ, ਪਰ ਇਸ ਦੇ ਬਾਵਜੂਦ ਇੱਥੇ ਕੋਈ ਵੀ ਆ ਕੇ ਉਦੋਂ ਕੋਈ ਆਪਦਾ ਪੱਖ ਦੇਣ ਨਹੀਂ ਆਇਆ, ਪਰ ਅੱਜ ਇਹਨਾਂ ਦੇ ਵੱਲੋਂ ਜਾਣ ਬੁੱਝ ਕੇ ਆਹ ਕੁਝ ਕੀਤਾ ਗਿਆ। ਉਧਰ ਅਕਾਲੀ ਦਲ ਨੇ ਇਹ ਗੱਲ ਕਹੀ ਆ ਕਿ ਆਮ ਆਦਮੀ ਪਾਰਟੀ ਜਿਹੜੇ ਮੰਤਰੀ ਆ ਜਾਂ ਨੇਤਾ ਹੋਰ ਆ ਉਹ ਬਸ ਹੀਰੋਗਿਰੀ ਦੇ ਚੱਕਰ ਦੇ ਵਿੱਚ ਚੱਲ ਚੱਕਦੇ ਟਰੈਕਟਰ ਤੇ, ਚਲੋ ਅੱਜ ਆਪਾਂ ਆਹ ਕੁਝ ਕਰਨ ਚੱਲੇ ਹਾਂ, ਅੱਜ ਆਪਾਂ ਉਹ ਕੁਝ ਕਰਨ ਚੱਲੇ ਹਾਂ, ਇਹਨਾਂ ਵੱਲੋਂ ਲੋਕਾਂ ਨਾਲ ਧੱਕਾ ਕੀਤਾ ਜਾ ਰਿਹਾ। ਜੀ ਡਾਕਟਰ ਸਾਹਿਬ, ਉਧਰ ਸੁਖਪਾਲ ਸਿੰਘ ਖਹਿਰਾ ਹੋਰਾਂ ਦੀ ਜਿਹੜੀ ਜ਼ਮਾਨਤ ਦੀ ਅਰਜ਼ੀ ਹੈ, ਕਹਿੰਦੇ ਅੱਜ ਉਹਤੇ ਸੁਣਵਾਈ ਹੋਣੀ ਹੈ ਜੀ। ਹਾਂ ਬਿਲਕੁਲ ਜੀ, ਅੱਜ ਸੁਣਵਾਈ ਹੋਣੀ ਹੈ ਤੇ ਅੱਜ ਪਤਾ ਲੱਗੂਗਾ ਵੀ ਭਾਈ ਬਣਦਾ ਕੀ ਇਸ ਮਾਮਲੇ ਦੇ ਵਿੱਚ, ਕਿਉਂਕਿ ਅੱਜ ਸੁਣਵਾਈ ਜਦੋਂ ਹੋ ਗਈ ਤੇ ਫਿਰ ਪਤਾ ਲੱਗੂਗਾ ਵੀ ਭਾਈ ਉਹਨਾਂ ਨੂੰ ਜ਼ਮਾਨਤ ਮਿਲ ਜਾਂਦੀ ਆ ਕਿ ਨਹੀਂ, ਉਹਨਾਂ ਦੀ ਜ਼ਮਾਨਤ ਦੀ ਅਰਜ਼ੀ ਰੱਦ ਹੋ ਗਈ ਆ ਕਿ ਨਹੀਂ, ਜ਼ਮਾਨਤ ਦੀ ਅਰਜ਼ੀ ਦੇ ਉੱਤੇ ਅੱਜ ਹੀ ਸੁਣਵਾਈ ਹੁੰਦੀ ਆ ਕਿ ਨਹੀਂ। ਜੇ ਸੁਣਵਾਈ ਹੋ ਜਾਂਦੀ ਹੈ ਤਾਂ ਫੈਸਲਾ ਅਦਾਲਤ ਪੈਂਡਿੰਗ ਰੱਖਦੀ ਆ ਕਿ ਅੱਜ ਹੀ ਸੁਣਾ ਦਿੰਦੀ ਆ? ਇਹ ਮਾਣਯੋਗ ਅਦਾਲਤ ਦੇ ਅਧਿਕਾਰ ਖੇਤਰ ਦੀਆਂ ਗੱਲਾਂ ਤੇ ਚਾਰ ਆਪਸ਼ਨਾਂ ਦੇ ਵਿੱਚੋਂ ਕੁਝ ਵੀ ਹੋ ਸਕਦਾ। ਅੱਜ ਅੱਜ 12 ਤਰੀਕ ਆ, ਵੈਸੇ 9 ਤਰੀਕ ਨੂੰ ਯਾਨੀ ਕਿ 9 ਜਨਵਰੀ ਨੂੰ ਇਸ ਸੁਭਾਨਪੁਰ ਵਾਲੇ ਕੇਸ ਦੇ ਉੱਤੇ ਸੁਖਪਾਲ ਸਿੰਘ ਖਹਿਰਾ ਦੇ ਮਾਮਲੇ ਦੇ ਵਿੱਚ ਸੁਣਵਾਈ ਹੋਣੀ ਸੀ। ਉਸ ਦਿਨ ਅਦਾਲਤ ਦੇ ਵਿੱਚ ਪੁਲਿਸ ਨੇ ਆਪਣਾ ਰਿਕਾਰਡ ਨਹੀਂ ਪੇਸ਼ ਕੀਤਾ ਤੇ 9 ਤਰੀਕ ਤੋਂ ਬਾਅਦ ਫਿਰ 11 ਤਰੀਕ ਪਾਤੀ ਅਦਾਲਤ ਨੇ, ਤੇ ਲੰਘੇ ਕੱਲ 11 ਤਰੀਕ ਸੀ, ਕੱਲ ਵੀ ਸੁਣਵਾਈ ਨਹੀਂ ਹੋਈ ਤੇ ਅੱਜ ਤੇ ਤਰੀਕ ਪਾ ਦਿੱਤੀ ਗਈ। ਅੱਜ 12 ਤਰੀਕ ਨੂੰ ਜੇ ਸੁਣਵਾਈ ਹੁੰਦੀ ਆ ਤਾਂ ਕੀ ਸੁਖਪਾਲ ਸਿੰਘ ਖਹਿਰਾ ਜੇਲ੍ਹ ਦੇ ਵਿੱਚੋਂ ਬਾਹਰ ਆ ਜਾਂਦੇ ਆ? ਸੁਖਪਾਲ ਸਿੰਘ ਖਹਿਰਾ ਜੇਲ੍ਹ ਦੇ ਵਿੱਚ ਹੀ ਰਹਿੰਦੇ ਆ, ਉਹਨਾਂ ਨੂੰ ਹਾਲੇ ਹੋਰ ਅੰਦਰ ਰਹਿਣਾ ਪਊਗਾ ਜਾਂ ਕੀ ਬਣਦਾ, ਇਹ ਅੱਜ ਆਸਣ ਤੱਕ ਪਤਾ ਲੱਗ ਜਾਣਾ। ਪਰ ਉਸ ਤੋਂ ਅਗਲੀ ਗੱਲ ਇਹ ਆ ਵੀ ਲੋਕਾਂ ਦੇ ਮਨ ਦੇ ਵਿੱਚ 100 ਤਰ੍ਹਾਂ ਦੇ ਖਿਆਲ ਆ। ਬਹੁਤ ਸਾਰੇ ਲੋਕ ਇਹ ਗੱਲ ਕਹਿੰਦੇ ਆ, ਸੁਖਪਾਲ ਸਿੰਘ ਖਹਿਰਾ ਦੇ ਸਮਰਥਕ ਇਹ ਗੱਲ ਕਹਿੰਦੇ ਆ ਵੀ ਭਾਈ ਇਹ ਧੱਕਾ ਕੀਤਾ ਜਾ ਰਿਹਾ, ਸਰਕਾਰ ਦੇ ਵੱਲੋਂ ਸਿਰਫ ਤੇ ਸਿਰਫ ਕਿੜ ਕੱਢੀ ਗਈ ਆ ਖਹਿਰਾ ਦੇ ਖਿਲਾਫ, ਕਿਉਂਕਿ ਉਹ ਸਰਕਾਰ ਦੇ ਪੋਤੜੇ ਫਰੋਲਦੇ ਆ, ਸਰਕਾਰ ਦੇ ਭੇਤ ਖੋਲਦੇ ਆ ਤੇ ਇਸ ਤੋਂ ਇਲਾਵਾ ਹੋਰ ਉਹਨਾਂ ਦਾ ਕਸੂਰ ਨਹੀਂ ਹੈ ਜੀ। ਜੀ ਡਾਕਟਰ ਸਾਹਿਬ, 26 ਜਨਵਰੀ ਦਾ ਦਿਨ ਨੇੜੇ ਆ ਰਿਹਾ ਜੀ, ਤੇ 26 ਜਨਵਰੀ ਨੂੰ ਕਿਸਾਨ ਇੱਕ ਵਾਰ ਫਿਰ ਤੋਂ ਦਿੱਲੀ ਦੇ ਵਿੱਚ ਟਰੈਕਟਰ ਮਾਰਚ ਕਰਨਗੇ ਜੀ? ਹਾਂ ਬਿਲਕੁਲ ਜੀ ਬਿਲਕੁਲ, ਦੇਖੋ 26 ਜਨਵਰੀ ਇੱਕ ਵਾਰ ਫਿਰ ਸਿਰ ਦੇ ਉੱਤੇ ਆ ਗਈ ਆ ਤੇ ਟਰੈਕਟਰ ਮਾਰਚ ਵਾਸਤੇ ਕਿਸਾਨ ਆ ਜਿਹੜੇ ਉਹ ਤਿਆਰ ਬਰ ਤਿਆਰ ਹੈਗੇ ਆ। ਕਿਸਾਨਾਂ ਦੇ ਵੱਲੋਂ ਪੂਰੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਆ ਵੀ ਕੇਂਦਰ ਦੀ ਸਰਕਾਰ ਦੇ ਉੱਤੇ ਆਪਾਂ ਦਬਾਅ ਬਣਾਈਏ, ਕਿਸਾਨਾਂ ਦੇ ਵੱਲੋਂ ਕੋਸ਼ਿਸ਼ ਹੈਗੀ ਆ ਵੀ ਅਸੀਂ ਕੁਝ ਨਾ ਕੁਝ ਐਸਾ ਕਰਕੇ ਵੀ ਜਿਹਦੇ ਕਰਕੇ ਜਿਹੜੀ ਸਰਕਾਰ ਆ ਤੇ ਉਹਨੂੰ ਇੱਕ ਵਾਰ ਕਿਸਾਨਾਂ ਦੇ ਮੂਹਰੇ ਫਿਰ ਝੁਕਣਾ ਪਵੇ। ਤੇ 26 ਜਨਵਰੀ ਨੂੰ ਨਰਿੰਦਰ ਸਿੰਘ ਲੱਖੋਵਾਲ ਹੋਰਾਂ ਦੀ ਅਗਵਾਈ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕਿਸਾਨ ਆ ਜਿਹੜੇ ਉਹ ਟਰੈਕਟਰ ਮਾਰਚ ਕਰਨਗੇ ਦਿੱਲੀ ਦੇ ਵਿੱਚ ਜਾ ਕੇ।
ਦਿੱਲੀ ਦੇ ਵਿੱਚ ਜਾ ਕੇ ਜਦੋਂ ਉਹਨਾਂ ਨੇ ਟਰੈਕਟਰ ਮਾਰਚ ਕਰਨਾ ਤੇ ਫਿਰ ਵੇਖਨੇ ਆ ਭਾਈ ਉਸ ਤੋਂ ਬਾਅਦ ਕੀ ਬਣਦਾ। ਪਰ ਜਾਣਕਾਰੀ ਇਹ ਪ੍ਰਾਪਤ ਹੋਈ ਹੈ ਵੀ ਭਾਈ ਕਿਸਾਨ ਜਾਣਗੇ ਜ਼ਰੂਰ, ਤੇ ਇਹਦੇ ਬਾਰੇ ਲੱਖੋਵਾਲ ਹੋਰਾਂ ਦੇ ਵੱਲੋਂ ਕਿਹਾ ਗਿਆ ਜੀ ਕਿ ਅਸੀਂ ਪਿੰਡ ਪਿੰਡ ਜਾ ਕੇ ਮੀਟਿੰਗਾਂ ਦਾ ਸਿਲਸਿਲਾ ਵੀ ਸ਼ੁਰੂ ਕਰਤਾ। ਉਹ ਕਹਿੰਦੇ ਵੀ ਕੇਂਦਰ ਦੀ ਸਰਕਾਰ ਨੇ ਜਦੋਂ ਕਿਸਾਨ ਅੰਦੋਲਨ ਦੀਆਂ ਗੱਲਾਂ ਮੰਨੀਆਂ ਸੀ ਤੇ ਕਿਸਾਨ ਅੰਦੋਲਨ ਜਦੋਂ ਸਮਾਪਤ ਹੋਇਆ ਤੇ ਸਾਡੀਆਂ ਮੰਗਾਂ ਪ੍ਰਵਾਨ ਕੀਤੀਆਂ ਸੀ, ਉਦੋਂ ਇਹ ਵੀ ਗੱਲ ਕਹੀ ਸੀ ਕਿ ਭਾਈ ਅਸੀਂ MSP ਵੀ ਦੇਵਾਂਗੇ, ਅਸੀਂ ਅਗਲੀ ਕਮੇਟੀ ਬਣਾ ਕੇ ਜਲਦੀ ਫੈਸਲੇ ਦਾ ਹੱਲ ਕਰਾਂਗੇ। ਫਿਰ ਅਸੀਂ ਇਹ ਗੱਲ ਕਹੀ ਸੀ ਕਿ ਸਾਨੂੰ ਤੁਸੀਂ ਜਿਹੜੇ ਕਿਸਾਨ ਸ਼ਹੀਦ ਹੋਏ ਆ ਉਹਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਚਾਹੀਦਾ, ਉਹ ਵੀ ਨਹੀਂ ਮਿਲਿਆ। ਫਿਰ ਕਿਹਾ ਸੀ ਵੀ ਲਖੀਮਪੁਰ ਖੀਰੀ ਕਾਂਡ ਦੇ ਮਾਮਲੇ 'ਚ ਇਨਸਾਫ ਦੇਵਾਂਗੇ, ਉਹ ਵੀ ਨਹੀਂ ਮਿਲਿਆ। ਫਿਰ ਕਿਹਾ ਸੀ ਜੀ ਕਿ ਫਸਲਾਂ ਦਾ ਬੀਮਾ ਜਿਹੜਾ ਉਹਦੇ ਮਾਮਲੇ ਦੇ ਵਿੱਚ ਕੁਝ ਸੁਣਵਾਈ ਹੋਵੇ, ਉਹ ਨਹੀਂ ਕੁਝ ਹੋਇਆ। ਸੋ ਇਹਨਾਂ ਨੇ ਕੁਝ ਵੀ ਨਹੀਂ ਕੀਤਾ। ਸੋ ਹੁਣ ਇੱਕ ਵਾਰ ਫਿਰ 26 ਜਨਵਰੀ ਨੂੰ ਜਦੋਂ ਉਹ ਪੁਰਾਣੇ ਦਿਨ ਚੇਤੇ ਆਉਂਦੇ ਆ ਤੇ ਫਿਰ ਉਹਨਾਂ ਦੇ ਵੱਲੋਂ ਟਰੈਕਟਰ ਮਾਰਚ ਕੀਤਾ ਜਾ ਰਿਹਾ, ਕਿਉਂਕਿ 2024 ਦੀਆਂ ਚੋਣਾਂ ਵੀ ਸਿਰ ਦੇ ਉੱਤੇ ਆ ਤੇ ਕਿਸਾਨ ਜਥੇਬੰਦੀਆਂ ਚਾਹੁੰਦੀਆਂ ਵੀ ਜੇਕਰ ਹੁਣ ਸਰਕਾਰ ਦੇ ਕੋਲੋਂ ਕੋਈ ਮੰਗ ਮਨਵਾਈ ਜਾ ਸਕੀ ਤਾਂ ਠੀਕ ਆ, ਨਹੀਂ ਤਾਂ ਇਹਨਾਂ ਨੇ ਮੰਨਣਾ ਕੁਝ ਨਹੀਂ ਗਾ, ਨਹੀਂ ਤਾਂ ਇਹਨਾਂ ਨੇ ਕੁਝ ਵੀ ਨਹੀਂ ਕਰਨਾ ਗਾ। ਸੋ ਦੇਖਦੇ ਹਾਂ ਭਾਈ ਹੁਣ ਬਣਦਾ ਕੀ ਆ। ਪਰ ਗੱਲ ਇਹ ਆ ਵੀ ਕੁਝ ਕਿਸਾਨ ਜਥੇਬੰਦੀਆਂ ਨੇ ਇਹ ਗੱਲ ਕਹੀ ਹੈ ਵੀ ਅਸੀਂ ਚੰਡੀਗੜ੍ਹ ਦੇ ਵਿੱਚ ਜਾ ਕੇ ਤੇ ਮੋਰਚਾ ਲਾਉਣਾ ਪੱਕੇ ਤੌਰ ਤੇ ਪਾਣੀ ਤੇ ਵਾਤਾਵਰਨ ਦੇ ਮੁੱਦੇ ਦੇ ਉੱਤੇ। ਕੁਝ ਕਿਸਾਨ ਜਥੇਬੰਦੀਆਂ ਨੇ ਇਹ ਗੱਲ ਕਹੀ ਆ ਕਿ ਭਾਈ ਅਸੀਂ ਤਾਂ ਵੱਧ ਤੋਂ ਵੱਧ ਇਕੱਠੇ ਹੋ ਕੇ ਤੇ ਮਹਾਂ ਪੰਚਾਇਤ ਕਰਨੀ ਦਿੱਲੀ ਦੇ ਵਿੱਚ। ਸੋ ਕਿਸਾਨ ਜਥੇਬੰਦੀਆਂ ਨੇ ਵੀ ਆਪੋ ਆਪਣੀਆਂ ਰਾਇਆਂ, ਕੋਈ ਕੁਝ ਕਹਿੰਦੀ ਹੈ ਜਥੇਬੰਦੀ, ਕੋਈ ਕੁਝ ਕਹਿੰਦੀ ਜਥੇਬੰਦੀ, ਤੇ ਸਾਰੀਆਂ ਜਥੇਬੰਦੀਆਂ ਜਿਹੜੀਆਂ ਉਹ ਇਸ ਵੇਲੇ ਇੱਕ ਸੁਰ ਨਹੀਂ ਹੈਗੀਆਂ। ਸੋ ਉਹਨਾਂ ਦੀਆਂ ਆਪੋ ਆਪਣੀਆਂ ਰਾਇਆਂ, ਏਕੇ ਦੀ ਵੀ ਘਾਟ ਹੈਗੀ ਆ ਜਥੇਬੰਦੀਆਂ ਵੱਧ ਹੋਣ ਕਰਕੇ, ਤੇ ਹਰ ਗੱਲ ਆ ਜਿਹੜੀ ਉਹ ਕਈ ਤਰ੍ਹਾਂ ਦੇ ਮੋੜ ਕੱਟ ਜਾਂਦੀ ਹੈ ਜੀ। ਜੀ ਬਿਲਕੁਲ ਸਹੀ ਕਿਹਾ ਤੁਸੀਂ ਟਾਣਾ ਸਾਹਿਬ। ਖੈਰ ਅੱਗੇ ਵੱਧਦੇ ਗੱਲ ਕਰਦੇ ਹਾਂ ਅਰਵਿੰਦ ਕੇਜਰੀਵਾਲ ਹੋਰਾਂ ਦੀ। ਕਹਿੰਦੇ ਕੇਜਰੀਵਾਲ ਹੋਰੀ ਲੋਕ ਸਭਾ ਚੋਣਾਂ ਦੇ ਬਾਰੇ ਚ ਨਬਜ਼ ਟੋਲਣ ਦੇ ਲਈ 21 ਨੂੰ ਚੰਡੀਗੜ੍ਹ ਆ ਰਹੇ ਨੇ ਜੀ। ਹਾਂ ਬਿਲਕੁਲ ਜੀ, ਦੇਖੋ ਕੇਜਰੀਵਾਲ ਹੋਰੀ 21 ਤਰੀਕ ਨੂੰ ਆ ਰਹੇ ਜੀ, ਤੇ ਉਹ 21 ਤਰੀਕ ਨੂੰ ਆ ਕੇ ਇੱਥੇ ਕੀ ਨੋਟ ਕਰਦੇ ਆ, ਕੀ ਉਹ ਫੈਸਲਾ ਕਰਦੇ ਆ, ਕੀ ਚੋਣਾਂ ਦੇ ਲਈ ਤਿਆਰੀਆਂ ਦੇ ਵਿੱਚ ਉਹ ਕੋਈ ਮਹੱਤਵਪੂਰਨ ਯੋਗਦਾਨ ਪਾਉਂਦੇ ਆ, ਇਹ ਹੁਣ ਸਮਾਂ ਦੱਸੂਗਾ। ਪਰ ਪਤਾ ਲੱਗਾ ਜੀ ਕਿ 21 ਤਰੀਕ ਨੂੰ ਉਹਨਾਂ ਨੇ ਆ ਜਾਣਾ ਤੇ ਚੰਡੀਗੜ੍ਹ ਦੇ ਵਿੱਚ ਆਉਣਗੇ ਕੇਜਰੀਵਾਲ ਹੋਰੀ, ਤੇ ਇਹਨਾਂ ਦੇ ਵੱਲੋਂ ਇੱਥੇ ਆ ਕੇ ਤੇ ਪਾਰਟੀ ਦੇ ਵਰਕਰਾਂ ਤੇ ਪਾਰਟੀ ਦੇ ਜਿਹੜੇ ਸਮਰਥਕਾਂ ਦੇ ਨਾਲ ਮੀਟਿੰਗ ਕੀਤੀ ਜਾਣੀ ਹੈ। ਮੀਟਿੰਗ ਦੇ ਵਿੱਚ ਉਹ ਥੋੜ੍ਹੀ ਜਿਹੀ ਨਬਜ਼ ਟੋਣਗੇ ਕਿ ਭਾਈ ਅਸੀਂ ਕਿੱਥੇ ਜੇ ਖੜੇ ਹਾਂ, ਨਬਜ਼ ਟੋਣਗੇ ਵੀ ਭਾਈ ਸਾਨੂੰ ਕੀ ਕਰਨਾ ਚਾਹੀਦਾ, ਨਬਜ਼ ਟੋਣਗੇ ਵੀ ਭਾਈ ਅਸੀਂ ਆਉਂਦੇ ਸਮੇਂ ਦੇ ਵਿੱਚ ਵੀ ਭਾਈ ਕਿਸ ਤਰੀਕੇ ਦੇ ਨਾਲ ਲੋਕਾਂ ਦੇ ਵਿੱਚ ਪਕੜ ਹੋਰ ਮਜ਼ਬੂਤ ਕਰ ਸਕਦੇ ਹਾਂ, ਤੇ ਸਾਨੂੰ ਹੋਰ ਕੀ ਇਸ ਮਾਮਲੇ ਦੇ ਉੱਤੇ ਯੋਜਨਾਵਾਂ ਉਲੀਕਣੀਆਂ ਚਾਹੀਦੀਆਂ। ਸੋ ਜੀ ਇਸ ਗੱਲ ਦੀ ਪੂਰੀ ਪੂਰੀ ਆਸ ਹੈ ਵੀ ਭਾਈ ਆਮ ਆਦਮੀ ਪਾਰਟੀ ਇਸ ਗੱਲ ਦੇ ਲਈ ਵੀ ਮਾਨਸਿਕ ਤੌਰ ਤੇ ਤਿਆਰ ਹੋ ਰਹੀ ਹੈ ਵੀ ਜੇਕਰ ਸਾਨੂੰ ਇਕੱਲਿਆਂ ਨੂੰ ਚੋਣ ਲੜਨੀ ਪਵੇ ਤੇ ਤਾਂ ਵੀ ਸਾਨੂੰ ਕਿਤੇ ਪੈਰ ਪਿੱਛੇ ਨਾ ਕਰਨੇ ਪੈਣ, ਉਹਨਾਂ ਦੀ ਪੂਰੀ ਪੂਰੀ ਤਿਆਰੀ ਹੈ। ਇਸ ਗੱਲੋਂ ਉਹ ਆਪਣੀ ਅੰਦਰ ਖਾਤੇ ਕਰ ਰਹੇ ਵੀ ਭਾਈ ਜੇਕਰ ਗੱਲ ਬਣਦੀ ਨਹੀਂ ਕਾਂਗਰਸ ਦੇ ਨਾਲ ਗੱਠਜੋੜ ਦੀ ਤੇ ਫਿਰ ਅਸੀਂ ਇਕੱਲੇ ਤੌਰ ਦੇ ਉੱਤੇ ਵੀ ਜੋ ਜੋ ਕੁਝ ਕਰ ਸਕਦੇ ਹਾਂ ਉਹ ਜ਼ਰੂਰ ਕਰਾਂਗੇ, ਤੇ ਬਾਕੀ ਸਮਾਂ ਦੱਸੂਗਾ। ਉੱਦਾਂ ਪੰਜਾਬ ਦੇ ਵਿੱਚ ਕਲੇਸ਼ ਜਿਹਾ ਚੱਲੀ ਜਾਂਦਾ, ਕੋਈ ਕਹਿ ਦਿੰਦਾ ਜੀ ਗੱਠਜੋੜ ਹੋਊਗਾ, ਕੋਈ ਕਹਿੰਦਾ ਗੱਠਜੋੜ ਹੋਣਾ ਨਹੀਂ, ਕੋਈ ਕਹਿ ਦਿੰਦਾ ਗੱਠਜੋੜ ਕਰਨਾ ਹੀ ਕਿਉਂ ਆ। ਸੋ ਇਸ ਤਰੀਕੇ ਦੇ ਵਿਚਾਰ ਵਿਚੂਰ ਆਉਂਦੇ ਰਹਿੰਦੇ ਆ। ਸੋ ਬਾਕੀ ਸਮਾਂ ਹੀ ਦੱਸੂਗਾ ਬਣਦਾ ਕੀ ਆ। ਪਰ ਇਸ ਵੇਲੇ ਪੰਜਾਬ ਦੇ ਲੋਕ, ਬਾਕੀ ਪੂਰੇ ਭਾਰਤ ਦੇ ਵੱਖ ਵੱਖ ਹਿੱਸਿਆਂ ਦੇ ਲੋਕ ਇਸ ਗੱਲ ਦੇ ਵੱਲ ਨਿਗਾਹ ਟਿਕਾਈ ਬੈਠੇ ਆ ਕਿ ਜਿਹੜੇ ਇੰਡੀਆ ਗੱਠਜੋੜ ਦੀ ਗੱਲ ਚੱਲਦੀ ਆ ਉਹ ਗੱਠਜੋੜ ਆਉਂਦੇ ਸਮੇਂ ਦੇ ਵਿੱਚ BJP ਨੂੰ ਕੋਈ ਟੱਕਰ ਦੇ ਸਕੂਗਾ ਜਾਂ ਫਿਰ ਨਹੀਂ ਜੀ। ਜੀ ਬਿਲਕੁਲ ਸਹੀ ਕਿਹਾ ਤੁਸੀਂ। ਖੈਰ ਅੱਗੇ ਵੱਧਦੇ ਇੱਕ ਬਹੁਤ ਹੀ ਚਿੰਤਾਜਨਕ ਖਬਰ ਵੀ ਸਾਹਮਣੇ ਆ ਰਹੀ ਹੈ। ਟਾਣਾ ਸਾਹਿਬ ਕਹਿੰਦੇ ਇੱਕ ਨੌਜਵਾਨ ਪਨਾਮਾ ਦੇ ਜੰਗਲਾਂ 'ਚ ਲਾਪਤਾ ਹੋ ਗਿਆ, ਏਜੰਟ ਤੇ ਹੁਣ ਪਰਚਾ ਦਰਜ ਹੋਇਆ ਜੀ। ਹਾਂ ਬਿਲਕੁਲ ਜੀ, ਦੇਖੋ ਮੈਂ ਨਾ ਇਹ ਗੱਲ ਕਹਿਣਾ ਕਿ ਇਹ ਨੌਜਵਾਨ ਲੱਭਣਾ ਵੀ ਚਾਹੀਦਾ, ਇਹ ਨੌਜਵਾਨ ਮਿਲ ਜਾਵੇ ਇਹਦੀ ਅਸੀਂ ਕਾਮਨਾ ਕਰਦੇ ਹਾਂ, ਇਹ ਨੌਜਵਾਨ ਚੜ੍ਹਦੀ ਕਲਾ ਦੇ ਵਿੱਚ ਹੋਵੇ, ਇਹ ਨੌਜਵਾਨ ਆਪਣੇ ਟੱਬਰ ਦੇ ਜੀਆਂ ਨੂੰ ਮਿਲ ਜਾਵੇ। ਸੋ ਇਸ ਗੱਲ ਦੀ ਅਸੀਂ ਕਾਮਨਾ ਕਰਦੇ ਹਾਂ। ਪਰ ਉਸ ਤੋਂ ਅਗਲੀ ਗੱਲ ਇਹ ਆ ਬਈ ਇਹਦੇ ਬਾਰੇ ਜਿਹੜਾ ਪਰਚਾ ਉਹ ਗੁਰਦਾਸਪੁਰ ਦੇ ਥਾਣੇ ਦੇ ਵਿੱਚ ਦਰਜ ਹੋਇਆ, ਕਿਉਂਕਿ ਮਾਪਿਆਂ ਨੇ ਇਹ ਦੋਸ਼ ਲਾਇਆ ਵੀ ਏਜੰਟ ਪਤੀ ਪਤਨੀ ਨੇ ਸਾਡੇ ਕੋਲੋਂ ਪੈਸੇ ਵੀ ਲੈ ਲਏ, 45-50 ਲੱਖ ਰੁਪਏ 'ਚ ਕਹਿੰਦੇ ਸੌਦਾ ਤੈਅ ਹੋਇਆ ਸੀ, ਤੇ ਇਹ ਸਾਡੇ ਮੁੰਡੇ ਨੂੰ ਵੱਖ ਵੱਖ ਦੇਸ਼ਾਂ ਦੇ ਰਾਹੀਂ ਪਨਾਮਾ ਦੇ ਵਿੱਚ ਲੈ ਗਏ ਤੇ ਅਮਰੀਕਾ ਭੇਜਣਾ ਸੀਗਾ। ਤੇ ਉਹ ਕਹਿੰਦੇ ਜੀ ਪਨਾਮਾ ਦੇ ਜੰਗਲਾਂ ਦੇ ਵਿੱਚ ਕਈ ਦਿਨ ਤਾਂ ਸਾਡੇ ਨਾਲ ਰਾਬਤੇ ਦੇ ਵਿੱਚ ਰਿਹਾ ਮੁੰਡਾ, ਤੇ ਬਾਅਦ ਦੇ ਵਿੱਚ ਉਹ ਮੁੰਡਾ ਜਿਹੜਾ ਸਾਡੇ ਰਾਬਤੇ ਦੇ ਵਿੱਚ ਨਹੀਂ ਰਿਹਾ, ਉਹ ਲਾਪਤਾ ਹੋ ਗਿਆ। ਸੋ ਇਸ ਕਰਕੇ ਉਹ ਕਹਿੰਦੇ ਜੀ ਕਿ ਹੁਣ ਪਤਾ ਨਹੀਂ ਵੀ ਕੀ ਬਣੂੰਗਾ ਤੇ ਕੀ ਨਹੀਂ ਬਣੂੰਗਾ। ਪਰ ਗੱਲ ਇਹ ਆ ਵੀ ਉਹਨਾਂ ਨੇ ਕਿਹਾ ਵੀ ਸਾਡੇ ਮੁੰਡੇ ਨੂੰ ਜਾਣ ਬੁੱਝ ਕੇ ਇਹਨਾਂ ਨੇ ਗਾਇਬ ਕਰਤਾ, ਸਾਡਾ ਮੁੰਡਾ ਸਾਡੇ ਸੰਪਰਕ ਦੇ ਵਿੱਚ ਵੀ ਨਹੀਂ ਆ, ਪਤਾ ਨਹੀਂ ਉਹਦੀ ਕਿਹੜੀ ਸਥਿਤੀ ਹੋਊਗੀ, ਨਾ ਸਾਨੂੰ ਸਾਡਾ ਮੁੰਡਾ ਲੱਭ ਰਿਹਾ ਤੇ ਨਾਲੇ ਸਾਡੇ ਕੋਲੋਂ ਪੈਸੇ ਵੀ ਲੈ ਗਏ ਆ। ਏਜੰਟ ਕੋਈ ਤਣ ਪੱਤਣ ਨਹੀਂ ਲਾਉਂਦਾ ਗੱਲ ਨੂੰ, ਇਸ ਕਰਕੇ ਪੁਲਿਸ ਦੇ ਕੋਲੇ ਸ਼ਿਕਾਇਤ ਦਰਜ ਕਰਵਾ ਕੇ
ਤੇ ਏਜੰਟ ਪਤੀ ਪਤਨੀ ਦੇ ਉੱਤੇ ਪਰਚਾ ਦਰਜ ਕਰਵਾਇਆ ਗਿਆ। ਸੋ ਦੇਖਦੇ ਭਾਈ ਇਸ ਮਾਮਲੇ ਦੇ ਵਿੱਚ ਨਵਾਂ ਮੋੜ ਕੀ ਆਉਂਦਾ। ਪਰ ਉਸ ਤੋਂ ਅਗਲੀ ਗੱਲ ਮਹੱਤਵਪੂਰਨ ਇਹ ਆ ਵੀ ਇਹ ਬੜੇ ਦੁਖਦਾਈ ਵਰਤਾਰੇ ਵਾਲੀ ਗੱਲ ਆ ਕਿ ਪੰਜਾਬੀ ਜ਼ਿੰਦਗੀ ਨੂੰ ਜ਼ੋਖਮ ਦੇ ਵਿੱਚ ਪਾ ਕੇ ਕਿਸ ਤਰੀਕੇ ਨਾਲ ਅਮਰੀਕਾ ਜਾਂ ਹੋਰ ਵੱਖ ਵੱਖ ਦੇਸ਼ਾਂ ਦੇ ਵਿੱਚ ਡੌਂਕੀ ਲਾ ਕੇ ਜਾਂਦੇ ਆ। ਇਹ ਸਾਰੇ ਡੌਂਕੀ ਦੇ ਘਰ ਹੈ ਅਸਲ ਦੇ ਵਿੱਚ, ਵੀ 45-50 ਲੱਖ ਰੁਪਇਆ, ਕਈ ਥਾਵਾਂ 'ਤੇ ਤਾਂ ਪਤਾ ਲੱਗਾ ਜੀ 65-65-70-70 ਲੱਖ ਰੁਪਇਆ ਵੀ ਲੱਗਦਾ। ਫਿਰ ਉਹ ਗਲਤ ਸਹੀ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚ ਵਾੜਦੇ ਆ। ਪਰ ਗੱਲ ਇਹ ਕਿ ਦੇਖੋ ਰਾਹ ਦੇ ਵਿੱਚ ਕਿੰਨਾ ਖਤਰਾ, ਜਦੋਂ ਕੰਧ ਟੱਪ ਕੇ ਤੁਸੀਂ ਪਰਲੇ ਪਾਰ ਜਾਂਦੇ ਆ ਤਾਂ ਫਿਰ ਕਿਹੜਾ ਤੁਹਾਨੂੰ ਜਾਂਦਿਆਂ ਨੂੰ ਉੱਥੇ ਕੋਈ ਕਹਿ ਦਿੰਦੇ ਵੀ ਆਹ ਲਓ ਜੀ ਨੌਕਰੀਆਂ ਤਿਆਰ ਪਈਆਂ। ਉੱਥੇ ਜਿਹੜੇ ਤੁਸੀਂ ਪੈਸੇ ਫੜ ਕੇ ਗਏ ਆ 8-10 ਲੱਖ 8-10 ਸਾਲ ਤਾਂ ਤੁਹਾਨੂੰ ਉਹ ਲਾਉਣ ਦੇ ਉੱਤੇ ਤੇ ਆਪਦੀ ਜ਼ਿੰਦਗੀ ਨੂੰ ਸੈੱਟ ਕਰਨ ਦੇ ਉੱਤੇ ਲੱਗਦੇ ਆ। ਸੋ ਬਹੁਤ ਵੱਡੀਆਂ ਵੱਡੀਆਂ ਚੁਣੌਤੀਆਂ ਹੁੰਦੀਆਂ, ਪਰ ਪੰਜਾਬੀਆਂ ਦੇ ਵਿੱਚ ਕਰੇਜ਼ ਐਸੀ ਆ, ਪੰਜਾਬੀਆਂ ਦੇ ਵਿੱਚ ਖਿੱਚ ਐਸੀ ਆ ਵੀ ਅਸੀਂ ਜਾਣਾ ਤਾਂ ਜਾਣਾ ਇੱਥੇ ਹੀ ਆ, ਅਸੀਂ ਜਾਣਾ ਤਾਂ ਸਭ ਦੇ ਬਸ ਸਾਹਮਣੇ ਜਾਣਾ, ਤੇ ਅਸੀਂ ਅਮਰੀਕਾ ਦੇ ਵਿੱਚ ਫਲਾਣੇ ਦੇਸ਼ ਦੇ ਵਿੱਚ ਅਸੀਂ ਜਾ ਕੇ ਉੱਥੇ ਹੀ ਕੰਮ ਕਾਜ ਕਰਨਾ, ਅਸੀਂ ਆਹ ਕਰਾਂਗੇ। ਪਿੱਛੇ ਜੇ ਤਾਂ ਇੱਕ ਗਾਣਾ ਵੀ ਆਇਆ ਸੀ, ਸ਼ਾਇਦ ਤੁਹਾਨੂੰ ਚੇਤੇ ਹੋਵੇ, ਉਹ ਗਾਣਾ ਸੀਗਾ ਜੀ ਕਿ ਮੁੰਡੇ ਨੇ ਖੁਣੀ ਪਹੁੰਚ ਕੇ ਕੈਨੇਡਾ, ਸ਼ਰੀਕਾਂ ਦੀ ਹਿੱਕ ਸਾੜਨੀ ਫਲਾਣ ਢੀਂਗ। ਸੋ ਅਸੀਂ ਅੱਧੇ ਕੰਮ ਤਾਂ ਹਿੱਕ ਸਾੜਨ ਵਾਸਤੇ ਕਰਦੇ ਹਾਂ ਨਾ, ਸੋ ਅਸੀਂ ਖਤਰਾ ਆਪ ਛੇੜਦੇ ਹਾਂ ਤੇ ਆਪ ਖਤਰੇ ਦੇ ਵਿੱਚ ਪੈ ਕੇ ਤੇ ਕਹਿੰਦੇ ਵੀ ਦੂਜੇ ਨੂੰ ਖਤਰਾ ਪੈਦਾ ਕਰਨਾ ਜੀ। ਜੀ ਬਿਲਕੁਲ ਸਹੀ ਕਿਹਾ ਤੁਸੀਂ ਟੈਣਾ ਸਾਹਿਬ। ਤੇ ਇੱਕ ਹੋਰ ਖਬਰ ਸਾਹਮਣੇ ਆਈ ਹੈ ਜੀ ਵਿਦੇਸ਼ ਦੇ ਨਾਲ ਜੁੜੀ ਹੋਈ, ਕਹਿੰਦੇ ਕੈਨੇਡਾ ਤੋਂ ਕੁੜੀ ਪਰਤੀ ਤੇ ਦਿੱਲੀ ਹਵਾਈ ਅੱਡੇ ਤੇ ਗ੍ਰਿਫਤਾਰ ਕਰ ਲਿਆ ਗਿਆ, ਉਹਨੂੰ ਕਿਉਂ ਜੀ? ਉਹ ਅਸਲ ਦੇ ਵਿੱਚ ਜੀ ਇਹ ਵੀ ਮਾਮਲਾ ਉਹੀ ਆ ਕਿ ਕੁੜੀ ਆ ਜਿਹੜੀ ਉਹਦੇ ਤੇ ਦੋਸ਼ ਲੱਗੇ ਆ ਵੀ ਇਹਨੇ ਧੋਖਾ ਕੀਤਾ। ਕੁੜੀ ਦੇ ਉੱਤੇ ਦੋਸ਼ ਇਹ ਲੱਗਾ ਜੀ ਕਿ ਇਹਦੇ ਵੱਲੋਂ ਜਿਹੜੇ ਉਹ 25-30 ਲੱਖ ਰੁਪਇਆ ਵੀ ਮੁੰਡੇ ਵਾਲਿਆਂ ਦਾ ਖਰਚਵਾ ਦਿੱਤਾ ਗਿਆ 2021 ਦੇ ਵਿੱਚ, ਤੇ ਬਾਅਦ ਦੇ ਵਿੱਚ ਇਹਨੇ ਮੁੰਡੇ ਨੂੰ ਉੱਥੇ ਬੁਲਾਇਆ ਵੀ ਨਹੀਂ, ਤੇ ਇਹਦੇ ਵੱਲੋਂ ਉਹ ਸਪਾਊਸ ਵੀਜ਼ਾ ਦੇ ਕੋਈ ਫਾਈਲ ਵੀ ਨਹੀਂ ਅਪਲਾਈ ਕੀਤੀ ਗਈ। ਸੋ ਉਹ ਜਿਹੜਾ ਮੁੰਡਾ ਉਹ ਇੱਥੇ ਹੀ ਰਹਿ ਗਿਆ ਤੇ ਉਹਦਾ ਬਹੁਤ ਵੱਡਾ ਨੁਕਸਾਨ ਹੋਇਆ। ਇਸ ਕਰਕੇ ਇਹਦੇ ਉੱਤੇ ਹੁਣ ਪਤਾ ਲੱਗਾ ਜੀ ਕਿ ਸ਼ਿਕਾਇਤ ਦਰਜ ਹੋਈ ਸੀ ਤੇ ਹੁਣ ਇਹਦੇ ਉੱਤੇ ਕੁੜੀ ਦੇ ਉੱਤੇ ਪਰਚਾ ਦਰਜ ਹੋ ਗਿਆ। ਇਹ ਕੈਨੇਡਾ ਦੇ ਵੱਲ ਭੇਜੀ ਸੀ, ਜਿਵੇਂ ਕਿ ਅੱਜ ਕੱਲ੍ਹ ਇੱਕ ਰਿਵਾਜ਼ ਜਿਹਾ ਚੱਲਿਆ ਵੀ ਇੱਕ ਨੇ ਆਈਲੈਟਸ ਕੀਤੀ, ਕੁੜੀ ਨੇ ਆਈਲੈਟਸ ਕੀਤੀ ਤਾਂ ਮੁੰਡੇ ਵਾਲੇ ਪੈਸੇ ਲਾਉਣਗੇ, ਮੁੰਡੇ ਨੇ ਆਈਲੈਟਸ ਕੀਤੀ ਤਾਂ ਕੁੜੀ ਵਾਲੇ ਪੈਸੇ ਲਾਉਣਗੇ, ਤੇ ਉਹ ਵਿਆਹ ਵੀ ਧੰਦਾ ਜਿਹਾ ਬਣ ਕੇ ਰਹਿ ਗਏ ਵੀ ਭਾਈ ਬਸ ਪੈਸੇ ਕਮਾਉਣ ਦਾ ਇੱਕ ਜ਼ਰੀਆ ਬਣ ਗਿਆ। ਸੋ ਇਹ ਵੀ ਉਸੇ ਪ੍ਰਸੰਗ ਦੇ ਵਿੱਚ ਹੀ ਕਹਾਣੀ ਆ ਵੀ ਉਹਨਾਂ ਨੇ ਮੁੰਡੇ ਵਾਲਿਆਂ ਨੇ ਪੈਸੇ ਲਾਏ ਸੀ, ਕੁੜੀ ਚਲੀ ਗਈ ਸੀ। ਲਾਏ ਗਏ ਦੋਸ਼ਾਂ ਦੇ ਮੁਤਾਬਕ ਜਾ ਕੇ ਕੁੜੀ ਨੇ ਨਾ ਤਾਂ ਮੁੰਡੇ ਦੀ ਫਾਈਲ ਲਾਈ ਆ, ਨਾ ਹੀ ਇਹਦੇ ਬਹੁਤਾ ਸੰਪਰਕ ਦੇ ਵਿੱਚ ਰਹੀ ਆ, ਤੇ ਫਿਰ ਉਹਨਾਂ ਨੇ ਕੁੜੀ ਦੇ ਉੱਤੇ ਪਰਚਾ ਦਰਜ ਕਰਵਾਤਾ। ਉਧਰੋਂ ਕੁੜੀ ਨੇ ਵੀ ਸ਼ਿਕਾਇਤ ਦਰਜ ਕਰਵਾਈ ਸੀ ਕਿ ਮੇਰੇ ਕੋਲ ਦਾਜ ਮੰਗਦੇ ਆ, ਪਰ ਇਹ ਜਾਣਕਾਰੀ ਆ ਜਿਹੜੀ ਉਹ ਗਲਤ ਪਾਈ ਗਈ ਸੀ ਵੀ ਦਾਜ ਦੂਜ ਨਹੀਂ ਮੰਗਦੇ, ਕਿ ਪੁਲਿਸ ਨੇ ਪੜਤਾਲ ਕੀਤੀ ਤੇ ਦਾਜ ਵਾਲੀ ਗੱਲ ਝੂਠੀ ਨਿਕਲੀ ਸੀ। ਸੋ ਹੁਣ ਉਸ ਤੋਂ ਬਾਅਦ ਪੁਲਿਸ ਨੇ, ਕਿਉਂਕਿ ਜਦੋਂ ਵਾਰ ਵਾਰ ਬੁਲਾਇਆ ਹੋਊਗਾ ਤੇ ਕੁੜੀ ਕਿਹੜਾ ਆਈ ਹੋਣੀ ਆ ਜਦੋਂ ਇੱਥੇ ਹੈ ਹੀ ਨਹੀਂ ਗੀ, ਫਿਰ ਹੁਣ ਉਹ ਕਿਤੇ ਅਚਾਨਕ ਆਈ ਸੀ ਤੇ ਫਿਰ ਉਹਦੇ ਬਾਰੇ LOC ਜਿਹਨੂੰ ਅਸੀਂ ਲੁੱਕਆਊਟ ਨੋਟਿਸ ਕਹਿੰਦੇ ਹਾਂ ਉਹ ਜਾਰੀ ਕੀਤਾ ਹੋਇਆ ਸੀਗਾ, ਤੇ ਫਿਰ ਉਹਨੂੰ ਦਿੱਲੀ ਦੇ 에ਅਰਪੋਰਟ ਦੇ ਉੱਤੇ ਹੀ ਕਬਜ਼ੇ ਦੇ ਵਿੱਚ, ਕਾਬੂ ਦੇ ਵਿੱਚ ਲੈ ਲਿਆ ਗਿਆ ਤੇ ਫਿਰ ਉਹਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ। 1 ਦਿਨ ਦਾ ਉਹਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ। ਸੋ ਇਹ ਜਾਣਕਾਰੀ ਪ੍ਰਾਪਤ ਹੋਈ ਆ। ਸੋ ਆਪਣੇ ਆਪ ਦੇ ਵਿੱਚ ਇਹ ਗੱਲ ਬੜੀ ਹੈਰਾਨੀ ਵਾਲੀ ਆ ਕਿ ਪੰਜਾਬ ਦੇ ਵਿੱਚ ਚੱਲਦਾ ਕੀ ਆ, ਪੰਜਾਬ ਦੇ ਵਿੱਚ ਚੱਲਦਾ ਕਿਵੇਂ ਕਿਵੇਂ ਆ, ਪੰਜਾਬ ਦੇ ਵਿੱਚ ਹੋਈ ਕੀ ਜਾਂਦਾ, ਪੰਜਾਬ ਦੇ ਵਿੱਚ ਹੋਣਾ ਕੀ ਚਾਹੀਦਾ। ਸੋ ਕੁੜੀਆਂ ਵੀ ਉੱਦਾਂ ਤੇ ਮੁੰਡੇ ਵੀ ਉੱਦਾਂ, ਕਿਸੇ ਵੇਲੇ ਖਬਰਾਂ ਆਉਂਦੀਆਂ ਹੁੰਦੀਆਂ ਸੀ ਵੀ ਭਾਈ ਕੁੜੀਆਂ ਜਿਹੜੀਆਂ ਉਹਨਾਂ ਨਾਲ ਧੋਖਾ ਹੁੰਦਾ, ਅੱਜ ਕੁੜੀਆਂ ਵੀ ਧੋਖਾ ਕਰਦੀਆਂ। ਕਿੰਨੀਆਂ ਖਬਰਾਂ ਆਉਂਦੀਆਂ ਵੀ ਇੱਥੋਂ ਮੁੰਡੇ ਵਾਲਿਆਂ ਨੇ ਪੈਸੇ ਲਾ ਕੇ ਭੇਜਿਆ ਕੁੜੀ ਨੂੰ ਤੇ ਉਹਨੇ ਜਾ ਕੇ ਬਾਹਰ ਤੇ ਉੱਥੇ ਫੋਨ ਚੱਕਣਾ ਵੀ ਬੰਦ ਕਰਤਾ। ਸੋ ਇਹੋ ਜਿਹੀਆਂ ਜਾਣਕਾਰੀਆਂ ਕਿੰਨੀਆਂ ਆਉਂਦੀਆਂ ਜੀ। ਜੀ ਸਹੀ ਕਿਹਾ ਤੁਸੀਂ, ਬਿਲਕੁਲ ਸਹੀ ਕਿਹਾ ਟਾਣਾ ਸਾਹਿਬ। ਖੈਰ ਅੱਗੇ ਵੱਧਦੇ ਗੱਲ ਕਰਦੇ ਹਾਂ ਹੁਣ ਇਮਾਨਦਾਰੀ ਦੀ। ਇਮਾਨਦਾਰੀ ਅਜੇ ਜਿਉਂਦਾ ਹੈ, ਇਹ ਖਬਰਾਂ ਪੜ੍ਹ ਕੇ ਬਹੁਤ ਚੰਗਾ ਲੱਗਦਾ। ਤੇ ਇਹੋ ਜਿਹੀ ਇੱਕ ਮਿਸਾਲ ਜਿਹੜੀ ਉਹ ਵੀ ਸਾਹਮਣੇ ਆਈ ਹੈ, ਕਹਿੰਦੇ ਇੱਕ ਬਜ਼ੁਰਗ ਔਰਤ ਸਰਕਾਰੀ ਬੱਸ ਦੇ ਵਿੱਚ 1 ਲੱਖ ਰੁਪਇਆ ਭੁੱਲ ਗਈ ਸੀ, ਪਰ ਡਰਾਈਵਰ ਤੇ ਕੰਡਕਟਰ ਨੇ ਵਾਪਸ ਕਰ ਦਿੱਤੇ ਨੇ ਉਹ ਪੈਸੇ। ਬਿਲਕੁਲ ਜੀ ਬਿਲਕੁਲ, ਇਮਾਨਦਾਰੀ ਹਾਲੇ ਜਿਉਂਦੀ ਹੈ। ਉਹਦਾ ਕਾਰਨ ਇਹ ਹੈ ਕਿ ਬਟਾਲੇ ਦੇ ਵੱਲ ਜਿਹੜੀ ਰੋਡਵੇਜ਼ ਦੀ ਬੱਸ ਆ ਉਹਦੇ ਵਿੱਚ ਇੱਕ ਬਜ਼ੁਰਗ ਔਰਤ ਸਫ਼ਰ ਕਰ ਰਹੀ ਸੀ, ਤੇ ਉਹ ਔਰਤ ਆ ਜਿਹੜੀ ਉਹ ਜਦੋਂ ਆਪਦੇ ਅੱਡੇ ਦੇ ਉੱਤੇ ਜਿੱਥੇ ਉਹਨੇ ਉਤਰਨਾ ਸੀ ਉਤਰ ਗਈ ਆਪਦੇ ਸਟੇਸ਼ਨ ਦੇ ਉੱਤੇ, ਤੇ ਉਸ ਤੋਂ ਬਾਅਦ ਨਾ ਉਹਨੂੰ ਭੁੱਲ ਗਈ ਜਦੋਂ ਉਹ ਵੀ ਮੇਰੇ ਕੋਲ ਇੱਕ ਝੋਲਾ ਸੀ ਪੈਸਿਆਂ ਵਾਲਾ, ਉਹਦੇ ਵਿੱਚ 1 ਲੱਖ ਰੁਪਇਆ ਸੀਗਾ, ਤੇ ਉਹ 1 ਲੱਖ ਰੁਪਇਆ ਉੱਥੇ ਭੁੱਲ ਗਈ, ਤੇ ਬਾਅਦ ਦੇ ਵਿੱਚ ਉਹਨੂੰ ਕਈ ਘੰਟਿਆਂ ਬਾਅਦ ਚੇਤੇ ਆਇਆ ਹੋਣਾ, ਤੇ ਫਿਰ ਉਹ ਮੁੜ ਕੇ ਤੇ ਉਹ ਬੱਸ ਅੱਡੇ ਦੇ ਵਿੱਚ ਗਈ ਤੇ ਉਸ ਬੱਸ ਦੇ ਡਰਾਈਵਰ ਕੰਡਕਟਰ ਨੂੰ ਲੱਭਿਆ, ਤੇ ਉਹਨੇ ਕਿਹਾ ਜੀ ਕਿ ਮੈਂ ਇੱਥੇ ਪੈਸੇ ਭੁੱਲ ਗਈ, ਤੇ ਡਰਾਈਵਰ ਕੰਡਕਟਰ ਨੇ ਨਿਸ਼ਾਨੀ ਪੁੱਛੀ ਤੇ ਉਹਨੇ ਦੱਸ ਦਿੱਤੀ, ਤੇ ਫਿਰ ਉਹਨੇ ਪੈਸੇ ਆ ਜਿਹੜੇ ਉਹਨੂੰ ਵਾਪਸ ਕਰ ਦਿੱਤੇ ਉਹਨਾਂ ਦੋਵਾਂ ਜਾਣਿਆਂ ਨੇ। ਸੋ ਉਹਨਾਂ ਨੇ ਗੱਲ ਕਹੀ ਹੈ ਜੀ ਕਿ ਸਾਨੂੰ ਪਤਾ ਲੱਗ ਗਿਆ ਸੀ ਵੀ ਇਹ ਬੇਬੇ ਜੀ ਇੱਥੇ ਜਦੋਂ ਅਸੀਂ ਬੱਸ ਰਾਤ ਨੂੰ ਬੰਦ ਕਰਨ ਲੱਗੇ ਇੱਕ ਥਾਂ ਤੇ ਖੜਾ ਕੇ, ਤੇ ਫਿਰ ਜਦੋਂ ਦੇਖਿਆ ਵੀ ਸੀਟਾਂ ਨੂੰ ਅਸੀਂ ਵੇਖ ਕੇ ਸਾਰਾ ਕੁਝ ਚੈੱਕ ਕਰਕੇ ਤੇ ਫਿਰ ਹੀ ਕੰਮ ਕਰਦੇ ਅਗਲਾ, ਤੇ ਉਹਨੇ ਕਿਹਾ ਜੀ ਕਿ
ਬਈ ਉੱਥੇ ਝੋਲਾ ਪਿਆ ਸੀਗਾ, ਤੇ ਝੋਲਾ ਉੱਥੇ ਪਿਆ ਸੀਗਾ ਜਦੋਂ, ਤੇ ਫਿਰ ਅਸੀਂ ਉਹਨੂੰ ਸੰਭਾਲ ਲਿਆ ਪੈਸਾ ਇਹ ਸਾਰਾ, ਤੇ 1 ਲੱਖ ਰੁਪਈਆ ਉਹਨਾਂ ਨੇ ਵਾਪਸ ਕਰ ਦਿੱਤਾ, ਤੇ ਇਹ ਇਮਾਨਦਾਰੀ ਦੀ ਇੱਕ ਮਿਸਾਲ ਪੈਦਾ ਕੀਤੀ ਹੈ ਕਹਿਣ ਦਾ ਭਾਵ ਜੀ। ਜੀ ਬਿਲਕੁਲ। ਸੋ ਖੈਰ ਬਹੁਤ ਬਹੁਤ ਸ਼ੁਕਰੀਆ ਸਰ, ਅੱਜ ਦੇ ਲਈ ਇੰਨੇ ਜੀ, ਫਿਰ ਵਿਚਾਰਾਂ ਦੀ ਸਾਂਝ ਪਾਵਾਂਗੇ, ਮਿਹਰਬਾਨੀ। ਮਿਹਰਬਾਨੀ ਜੀ, ਬਹੁਤ ਧੰਨਵਾਦ।